ਹੈਲੋ ਜੈ ਮਸੀਹ ਦੀ ਗੁੱਡ ਮਾਰਨਿੰਗ ਮੈਂ ਜੀਕੀਨ ਕਰਦੀ ਹਾਂ ਤੁਸੀਂ ਬਿਲਕੁਲ ਰੱਜ ਖੁਸ਼ ਹੋਵੋਗੇ ਪ੍ਰਭੂ ਜੀ ਦੇ ਅਨੁਗ੍ਰਹਿ ਦੇ ਵਿੱਚ ਪ੍ਰਭੂ ਦੀ ਕਿਰਪਾ ਦੇ ਵਿੱਚ ਅ ਸੱਚਮੁੱਚ ਅੱਜ ਦੇ ਸੋਹਣੇ ਦਿਨ ਦਾ ਆਨੰਦ ਲੈ ਰਹੇ ਹੋਵੋਗੇ ਪ੍ਰਭੂ ਤੁਹਾਨੂੰ ਬਹੁਤ ਬles ਕਰਨ ਹਰ ਆਸ਼ੀਸ਼ ਦੇ ਦੀ ਤੁਹਾਨੂੰ ਜ਼ਰੂਰਤ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਨੂੰ ਮਿਲੇ ਅਰੇ ਮੇਰੇ ਦਿਲ ਦੀ ਤਮੰਨਾ ਆ ਕਿ ਤੁਸੀਂ ਇੱਕ ਟੈਸਟਮਨੀ ਦੇ ਨਾਲ ਇੱਕ ਖੁਸ਼ੀ ਦੀ ਖਬਰ ਦੇ ਨਾਲ ਇਕ ਪਰਮੇਸ਼ਰ ਦੀ ਮਹਿਮਾ ਦੀ ਗਵਾਹੀ ਦੇ ਲਈ ਤੁਸੀਂ ਖੜੇ ਹੋ ਮੋ ਅਰ ਸੱਚ ਮੁੱਚ ਇਹ ਬਹੁਤ ਜਲਦ ਹੋਣ ਜਾ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਸੋ ਅੱਜ ਮੈਂ ਤੁਹਾਨੂੰ ਇਨਕਰੀਜ ਕਰਨਾ ਚਾਹੁੰਦੀ ਆ ਪਰਮੇਸ਼ਰ ਜੀ ਦੇ ਪ੍ਰੇਮ ਦੇ ਲਈ ਜਦੋਂ ਆਪਾਂ ਯਸਾਯਾ ਦੀ ਕਥਾਬ ਪੜ੍ਹਦੇ ਆਂ ਤੇ ਉਹਦੇ ਵਿੱਚ ਲਿਖਿਆ ਆ ਨਾ ਡਰ ਨਾ ਘਬਰ ਨਾ ਤੇਰਾ ਪਰਮੇਸ਼ਰ ਤੇਰੇ ਅੰਗ ਸੰਗ ਆ ਮੈਂ ਤੇਰਾ ਸੱਜਾ ਹੱਥ ਫੜੀ ਬੈਠਾ ਆ ਅਰ ਇੰਨਾ ਸੋਹਣਾ ਆ ਉਹ ਸਾਰਾ ਚੈਪਟਰ ਜਿਹਦੇ ਵਿੱਚ ਲਿਖਿਆ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਸਾਹਮਣੇ ਨਾ ਹੋਆਂ ਜੇ ਕਰਕੇ ਨਾਸ਼ ਕਰ ਦਊਗਾ ਤੂੰ ਉਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਾ ਉਹਨਾਂ ਦੇ ਮੂੰਹ ਕਾਲੇ ਹੋਣਗੇ ਤਾਂ ਮੈਂ ਇਹਦੇ ਨਾਲ ਰਿਲੇਟਡ ਤੁਹਾਨੂੰ ਇੱਕ ਸਟੋਰੀ ਦੱਸਣਾ ਚਾਹੁੰਦੀ ਆ ਸੱਚੀ ਇਹ ਵਰਡਸ ਜਿਹੜੇ ਆ ਮੇਰੇ ਜੀਵਨ ਦੀ ਸਟਰੈਂਥ ਆ ਆਲਵੇਜ਼ ਮੈਂ ਜਿੱਥੇ ਵੀ ਜਾਂਦੀ ਆ ਜਦੋਂ ਵੀ ਆਪਣੇ ਘਰੋਂ ਨਿਕਲਦੀ ਤੇ ਮੈਂ ਆਲਵੇਜ਼ ਇਹ ਵਰਡਸ ਕਲੇਮ ਕਰਦੀ ਆ ਕਿ ਪ੍ਰਭੂ ਤੁਸੀਂ ਕਹਾਂ ਨਾ ਡਰ ਨਾ ਘਬਰ ਮੈਂ ਤੇਰਾ ਪਰਮੇਸ਼ਵਰ ਆ ਮੈਂ ਤੇਰੇ ਹੰਗ ਸੰਗ ਆ ਮੈਂ ਤੇਰਾ ਸੱਜਾ ਹੱਥ ਫੜਿਆ ਅਰ ਵਚਨ ਦੇ ਵਿੱਚ ਲਿਖਿਆ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਤੇ ਮੈਂ ਤੇਰੇ ਰਾਹਾਂ ਨੂੰ ਪੱਧਰਿਆ ਕਰਾਂਗਾ ਛੇਤੀ ਮੈਂ ਤੁਹਾਨੂੰ ਇੱਕ ਚੀਜ਼ ਵੀ ਦਿਖਾਵਾਂਗੀ ਜੋ ਰੈਗੂਲਰ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਸਟਿੱਕਰਸ ਲਗਾਓ ਤੇ ਜੇ ਪੋਸੀਬਲ ਹੋ ਸਕੇ ਮੈਨੂੰ ਟਾਈਮ ਲੱਗਾ ਤੇ ਮੈਂ ਜ਼ਰੂਰ ਤੁਹਾਨੂੰ ਦਿਖਾਵਾਂਗੀ ਕਿ ਮੈਂ ਆਪਣੇ ਘਰ ਚ ਕਿੰਨੇ ਸਟਿੱਕਰਸ ਲਗਾਏ ਆ ਅਰ ਕਿੱਦਾਂ ਮੈਂ ਉਹਨਾਂ ਸਟਿੱਕਰਸ ਨੂੰ ਜਿਹੜਾ ਹੈ ਮੈਨੀਫੈਸਟ ਕਰਦੀ ਆ ਤਾਂ ਇੱਕ ਵਾਰੀ ਇੱਕ ਇਨਸਾਨ ਜਿਹੜਾ ਰੋਜ਼ ਇਹ ਸ਼ਬਦ ਪੜਦਾ ਸੀਗਾ ਬਈ ਵਚਨ ਚ ਲਿਖਿਆ ਨਾ ਡਰਨਾ ਕਬਰ ਮੈਂ ਤੇਰੇ ਅੰਗ ਸੰਗ ਆ ਤੋ ਉਹ ਇਨਸਾਨ ਨੇ ਇੱਕ ਦਿਨ ਪ੍ਰਾਰਥਨਾ ਕੀਤੀ ਪਰਮੇਸ਼ਵਰ ਦੇ ਅੱਗੇ ਕਹਿੰਦਾ ਪ੍ਰਭੂ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਤੂੰ ਮੇਰੇ ਅੰਗ ਸੰਗ ਆ ਵੀ ਕਦੀ ਮੈਂ ਭਲੇਖੇ ਵਿੱਚ ਹੀ ਤੇ ਨਹੀਂ ਆ ਵੀ ਮੈਂ ਉਦਾਂ ਹੀ ਸੋਚਾਂ ਵੀ ਤੂੰ ਮੇਰੇ ਨਾਲ ਆ ਪਰ ਤੂੰ ਹੋਵੇਂ ਹੀ ਨਾ ਤੇ ਤੇਰੇ ਕਰਕੇ ਮੈਂ ਜਿਹੜਾ ਆ ਮੈਂ ਕਿਸੇ ਵੱਡੇ ਕਾਮਨ ਨੂੰ ਹੱਥ ਪਾ ਲਵਾਂ ਤੇ ਹੋਵਾਂ ਮੈਂ ਇਕੱਲਾ ਹੀ ਤੇ ਫਿਰ ਮੈਂ ਫਸ ਜਾਵਾਂ ਤੇ ਕਹਿੰਨਾ ਮੈਨੂੰ ਮੈਨੂੰ ਸਬੂਤ ਹੋਣਾ ਚਾਹੀਦਾ ਹੈ ਕਿ ਤੂੰ ਮੇਰੇ ਨਾਲ ਆ ਤਾਂ ਪ੍ਰਭੂ ਨੇ ਕਿਹਾ ਓਕੇ ਪ੍ਰਭੂ ਦੇ ਆਤਮਾ ਨੇ ਉਹਨੂੰ ਉਹਨਾਂ ਗੱਲ ਕੀਤੀ ਵੀ ਠੀਕ ਆ ਤਾਂ ਉਹਨੇ ਮਣਿਕਾ ਅੱਜ ਤੋਂ ਜਦੋਂ ਤੂੰ ਤੁਰੇਂਗਾ ਤੇਰੇ ਕਦਮਾਂ ਦੇ ਚਾਰ ਨਿਸ਼ਾਨ ਹੋਣਗੇ ਦੋ ਤੇਰੇ ਪੈਰਾਂ ਦੇ ਤੇ ਦੋ ਮੇਰੇ ਪੈਰਾਂ ਦੇ ਤੂੰ ਬੜਾ ਖੁਸ਼ ਹੋਇਆ ਹੁਣ ਉਹ ਸੱਚੀ ਜਦੋਂ ਤੁਰਦਾ ਆ ਤਾਂ ਉਹਦੇ ਤੁਰਨ ਦੇ ਬਾਅਦ ਵਿੱਚ ਉਹ ਨਿਸ਼ਾਨ ਚੈੱਕ ਕਰਦਾ ਤੇ ਉਹ ਚਾਰ ਨਿਸ਼ਾਨ ਹੁੰਦੇ ਆ ਵੀ ਜਦ ਦਾ ਦੋ ਜਣਿਆਂ ਦੇ ਪੈਰਾਂ ਦੇ ਨਿਸ਼ਾਨ ਹੋਣ ਤਰੇ ਆ ਉਹ ਕੱਲਾ ਜਾ ਰਿਹਾ ਇੱਕ ਉਹਦੇ ਪੈਰਾਂ ਦੇ ਨਿਸ਼ਾਨ ਪੈ ਰਹੇ ਆ ਇੱਕ ਐਕਸਟਰਾ ਪੈਰਾਂ ਦੇ ਨਿਸ਼ਾਨ ਪੈ ਰਹੇ ਆ ਪਰ ਉਹਨੇ ਇੱਕ ਚੀਜ਼ ਨੋਟਿਸ ਕੀਤੀ ਕਿ ਜਦੋਂ ਤੋਂ ਬਹੁਤ ਹੈਪੀ ਹੁੰਦਾ ਆ ਬਹੁਤ ਖੁਸ਼ ਹੁੰਦਾ ਆ ਤਾਂ ਉਦੋਂ ਉਹਦੇ ਪੈਰਾਂ ਦੇ ਨਿਸ਼ਾਨ ਜਿਹੜੇ ਉਹ ਚਾਰ ਹੁੰਦੇ ਆ ਪਰ ਜਦੋਂ ਕਿਸੇ ਟ੍ਰਬਲ ਦੇ ਵਿੱਚ ਹੁੰਦਾ ਆ ਜਦੋਂ ਕਿਸੇ ਦੁੱਖ ਦੇ ਵਿੱਚ ਹੁੰਦਾ ਆ ਜਦੋਂ ਕਿਸੇ ਬਿਮਾਰੀ ਦੀ ਅਵਸਥਾ ਵਿੱਚ ਹੁੰਦਾ ਜਦੋਂ ਪਰੇਸ਼ਾਨ ਹੁੰਦਾ ਜੋ ਜਦੋਂ ਉਹਨੂੰ ਵਿਪਤਾ ਦਾ ਸਮਾਂ ਨਜ਼ਰ ਆਉਂਦਾ ਆ ਜਿੱਥੇ ਉਹਨੂੰ ਲੱਗਦਾ ਕਿ ਵਿਪਤਾ ਆ ਉਦੋਂ ਆਪਣੇ ਨਿਸ਼ਾਨ ਚੈੱਕ ਕਰਦਾ ਤੇ ਉੱਥੇ ਦੋ ਹੀ ਨਿਸ਼ਾਨ ਹੁੰਦੇ ਆ ਉਹਦੇ ਪੈਰਾਂ ਦੇ ਤੋਂ ਬੜਾ ਹੈਰਾਨ ਹੁੰਦਾ ਕਹਿੰਦਾ ਮੈਂ ਤਾਂ ਸੁਣਿਆ ਸੀਗਾ ਵੀ ਦੁੱਖ ਦੇ ਵੇਲੇ ਦੇ ਵਿੱਚ ਦੁਨੀਆ ਛੱਡ ਕੇ ਚਲੀ ਜਾਂਦੀ ਆ ਤੁਹਾਡੇ ਆਪਣੇ ਛੱਡ ਕੇ ਚਲੇ ਜਾਂਦੇ ਤੁਹਾਡੇ ਰਿਸ਼ਤੇਦਾਰ ਛੱਡ ਕੇ ਚਲੇ ਜਾਂਦੇ ਆ ਤੁਹਾਡੇ ਧੀਆਂ ਪੁੱਤ ਛੱਡ ਕੇ ਚਲੇ ਜਾਂਦੇ ਆ ਪਰ ਮੈਂ ਇਹ ਸੁਣਿਆ ਸੀਗਾ ਕਿ ਪਰਮੇਸ਼ਵਰ ਕਦੀ ਨਹੀਂ ਛੱਡਦਾ ਅਰ ਵਚਨ ਦੇ ਵਿੱਚ ਵੀ ਲਿਖਿਆ ਮੈਂ ਤੈਨੂੰ ਕਦੀ ਨਹੀਂ ਛੱਡਾਂਗਾ ਤੈਨੂੰ ਕਦੀ ਨਹੀਂ ਤਿਆਗਾਂਗਾ ਮੈਂ ਤੈਨੂੰ ਅਨਾਥ ਨਹੀਂ ਛੱਡਾਂਗਾ ਮੈਂ ਮਾਂ ਨਾਲੋਂ ਵੀ ਵੱਧ ਪ੍ਰੇਮ ਕਰਦਾ ਹਾਂ ਤੇ ਉਹਨੇ ਕਿਹਾ ਕਿ ਇਹ ਵੀ ਇਹ ਸਭ ਝੂਠ ਆ ਵੀ ਦੁੱਖ ਦੇ ਟਾਈਮ ਦੇ ਵਿੱਚ ਨਿਸ਼ਾਨ ਕਿੱਥੇ ਜਾਂਦੇ ਆ ਜਿਹੜੇ ਐਕਸਟਰਾ ਨਿਸ਼ਾਨ ਇਹ ਤਾਂ ਇੱਕ ਹੀ ਜਣੇ ਦੇ ਕਦਮਾਂ ਦੇ ਨਿਸ਼ਾਨ ਤੇ ਉਹ ਫੇਰ ਤੋਂ ਬੈਠਾ ਪ੍ਰਭੂ ਦੇ ਅੱਗੇ ਅਰ ਕਹਿੰਦਾ ਪ੍ਰਭੂ ਵੀ ਜਦੋਂ ਮੈਂ ਦੁੱਖ ਵਿੱਚ ਹੁੰਦਾ ਤੂੰ ਮੈਨੂੰ ਛੱਡ ਕੇ ਚਲਿਆ ਜਾਂਦਾ ਲੋਕਾਂ ਦੇ ਵਾਂਗ ਦੁਨੀਆਂ ਦੇ ਵਾਂਗ ਉਦੋਂ ਇੱਕ ਹੀ ਨਿਸ਼ਾਨ ਕਿਉਂ ਹੁੰਦੇ ਆ ਤਾਂ ਪਰਮੇਸ਼ਵਰ ਦੇ ਆਤਮਾ ਨੇ ਇਹਨੂੰ ਉੱਤਰ ਦਿੱਤਾ ਕਿ ਭੋਲਿਆ ਜਦੋਂ ਤਾਂ ਤੂੰ ਖੁਸ਼ੀ ਦੇ ਵਿੱਚ ਹੁੰਦਾ ਹੈਂ ਉਦੋਂ ਮੈਂ ਤੇਰੇ ਨਾਲ ਨਾਲ ਚੱਲਦਾ ਹੈਂ ਪਰ ਜਦੋਂ ਤੂੰ ਦੁੱਖ ਦੇ ਵਿੱਚ ਹੁੰਦਾ ਹੈਂ ਉਦੋਂ ਮੈਂ ਤੈਨੂੰ ਆਪਣੀ ਕੁਛੜ ਚੱਕ ਲੈਂਦਾ ਹੈਂ ਮੈਂ ਤੈਨੂੰ ਆਪਣੀ ਗੋਦ ਵਿੱਚ ਚੱਕ ਲੈਣਾ ਔਰ ਉਹ ਜਿਹੜੇ ਤੈਨੂੰ ਇੱਕੋ ਜਾਣੇ ਦੇ ਕਦਮਾਂ ਦੇ ਨਿਸ਼ਾਨ ਨਜ਼ਰ ਆਉਂਦੇ ਉਹ ਤੇਰੇ ਨਹੀਂ ਪਰ ਉਹ ਮੇਰੇ ਕਦਮਾਂ ਦੇ ਨਿਸ਼ਾਨ ਹੁੰਦੇ ਆ ਹਾਲੇਲੂਇਆ ਸੋ ਅੱਜ ਮੈਂ ਤੁਹਾਨੂੰ ਐਨਕਰਾਜ ਕਰਨਾ ਚਾਹੁੰਦੀ ਆ ਕਿ ਤੁਸੀਂ ਦੁੱਖ ਦੇ ਸਮੇਂ ਵਿੱਚ ਇਕੱਲੇ ਨਹੀਂ ਆ ਤੁਸੀਂ ਪਰੇਸ਼ਾਨੀ ਦੇ ਸਮੇਂ ਵਿੱਚ ਇਕੱਲੇ ਨਹੀਂ ਆ ਕਦੀ ਕਦੀ ਸਾਨੂੰ ਲੱਗਦਾ ਹੈ ਕਿ ਮੈਂ ਹੀ ਇਕੱਲਾ ਆ ਪਰ ਉਸ ਵੇਲੇ ਤੁਸੀਂ ਪਰਮੇਸ਼ਵਰ ਦੀ ਗੋਦ ਦੇ ਵਿੱਚ ਆ ਅਗਰ ਤੁਸੀਂ ਸੱਚੀ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਆ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਆ ਤੇ ਸੱਚੇ ਦਿਲ ਦੇ ਨਾਲ ਤੁਸੀਂ ਪਰਮੇਸ਼ਵਰ ਦੇ ਨਾਲ ਵਾਰਤਾਲਾਪ ਕਰਦੇ ਰਹਿੰਦੇ ਆ ਕਮਿਊਨੀਕੇਸ਼ਨ ਦੇ ਵਿੱਚ ਰਹਿੰਦੇ ਆ ਇੱਕ ਕਨੈਕਸ਼ਨ ਦੇ ਵਿੱਚ ਜਿਹੜਾ ਹਕੀਕਤ ਦੇ ਵਿੱਚ ਆ ਤੁਸੀਂ ਉਹਦੇ ਵਿੱਚ ਰਹਿੰਦੇ ਆ ਤੱਕ ਕਦੀ ਵੀ ਪ੍ਰਭੂ ਤੁਹਾਨੂੰ ਇਕੱਲਿਆਂ ਨਹੀਂ ਛੱਡਦੇ ਇੱਕ ਪਰਮੇਸ਼ਵਰੀ ਤੇ ਹੈ ਜੋ ਵਾਅਦੇ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈ ਇੱਕ ਪਰਮੇਸ਼ਵਰੀ ਤੇ ਆ ਜੋ ਸੱਚਮੁੱਚ ਜੋ ਕਹਿੰਦਾ ਉਹ ਕਰਦਾ ਹੈ ਹਰ ਵਚਨ ਛੱਤਾਂ ਲਿਖਿਆ ਆ ਕਿੰਨਾ ਅਸਮਾਨ ਤੇ ਧਰਤੀ ਟਲ ਸਕਦੇ ਪਰ ਮੇਰੇ ਕਹੇ ਸ਼ਬਦ ਕਦੀ ਨਾ ਟਲਣਗੇ ਸੋ ਜੇ ਪਰਮੇਸ਼ਵਰ ਨੇ ਕਹਿ ਦਿੱਤਾ ਨਾ ਡਰ ਨਾ ਕਾਬਰ ਮੈਂ ਤੇਰੇ ਅੰਗ ਸੰਗ ਅੱਜ ਯਕੀਨ ਕਰੋ ਤੁਸੀਂ ਕਿ ਤੁਸੀਂ ਡਰਨਾ ਨਹੀਂ ਕਾਬਰਨਾ ਨਹੀਂ ਪ੍ਰਭੂ ਤੁਹਾਡੇ ਸੰਗ ਹੈ ਪਰਮੇਸ਼ਵਰ ਤੁਹਾਡੇ ਨਾਲ ਆ ਅਰ ਉਹ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਨਾਸ਼ ਕਰੇਗਾ ਤੁਹਾਡੇ ਵੈਰੀਆਂ ਦੇ ਸੰਮੁਖ ਤੁਹਾਡੇ ਲਈ ਉਹ ਮੇਜ਼ ਵਿਛਾਏਗਾ ਤੁਹਾਡੇ ਉੱਬੜ ਖੱਬੜ ਰਾਹਾਂ ਨੂੰ ਜਿਹੜੇ ਕਰੁਕਟ ਪਲੇਸਿਸ ਆ ਉਹਨਾਂ ਨੂੰ ਉਹ ਸਟ੍ਰੇਟ ਕਰੂਗਾ ਉੱਬੜ ਖੱਬੜ ਰਾਹਾਂ ਨੂੰ ਪੱਧਰਿਆਂ ਕਰੂਗਾ ਅਰ ਸੱਚੀ ਤੁਸੀਂ ਪਰਮੇਸ਼ਵਰ ਦੀ ਦਇਆ ਤੇ ਅਨੁਗ੍ਰਹਿ ਨੂੰ ਤੁਸੀਂ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਦੇਖੋਗੇ ਅਰ ਤੁਸੀਂ ਆਪਣੀਆਂ ਡੋਰਾਂ ਪਰਮੇਸ਼ਵਰ ਦੇ ਹੱਥਾਂ ਵਿੱਚ ਦਿਓ ਤੁਸੀਂ ਆਪਣੇ ਬੋਝ ਪਰਮੇਸ਼ਵਰ ਦੇ ਉੱਤੇ ਛੱਡੋ ਮੈਂ ਯਕੀਨ ਕਰਦੀ ਹਾਂ ਕਿ ਉਸ ਇਨਸਾਨ ਦੇ ਵਾਂਗ ਤੁਸੀਂ ਜ਼ਰੂਰ ਪਰਮੇਸ਼ਵਰ ਦੇ ਕੁਛੜ ਉਠਾਏ ਜਾਓਗੇ ਅਰ ਸੱਚਮੁੱਚ ਪਰਮੇਸ਼ਵਰ ਮਾਣ ਨਾਲ ਉਹ ਵੱਧ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਆ ਅਰ ਸਾਡਾ ਸਿਰਜਣਹਾਰ ਪਾਲਣਹਾਰ ਬਖਸ਼ਣਹਾਰ ਮਦਦਗਾਰ ਪਰਮੇਸ਼ਵਰ ਆ ਅਰ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਾਡਾ ਪਰਮੇਸ਼ਰ ਕਦੀ ਵੀ ਸਾਨੂੰ ਦੁੱਖ ਦੇ ਵਿੱਚ ਤਨਹਾਂ ਨਹੀਂ ਛੱਡਦਾ ਇਕੱਲਿਆਂ ਨਹੀਂ ਛੱਡਦਾ ਪਰ ਉਹ ਆਪ ਸਾਡੇ ਅੱਗੇ-ਅੱਗੇ ਚੱਲਦਾ ਸਾਡੇ ਰਾਹਾਂ ਨੂੰ ਪੱਧਰਿਆ ਕਰਦਾ ਔਰ ਉਹ ਸਾਡੀਆਂ ਲੜਾਈਆਂ ਲੜਦਾ ਹallelujah ਸੋ ਪ੍ਰਭੂ ਅੱਜ ਦੇ ਇਸ ਵਚਨ ਦੇ ਰਹੀਂ ਤੁਹਾਨੂੰ ਬਹੁਤ ਬlesਸ ਕਰਨ ਤੁਹਾਡੇ ਉੱਤੇ ਪਰਮੇਸ਼ਰ ਦਾ ਅਨੁਗ੍ਰਹਿ ਆਏ ਤੇ ਆਓ ਹੁਣ ਆਪਾਂ ਪ੍ਰਾਰਥਨਾ ਦੇ ਵਿੱਚ ਚੱਲਾਂਗੇ ਐਕਚੁਅਲੀ ਅੱਜ ਮੈਂ ਕਿਤੇ ਮੀਟਿੰਗ ਤੇ ਜਾਣਾ ਆ ਸੋ ਮੈਂ ਥੋੜਾ ਜਿਹੜਾ ਬਿਜ਼ੀ ਸੀਗੀ ਮੇਰਾ ਸਕੇਡਿਊਲ ਬਿਜ਼ੀ ਸੀ ਸੋ ਅਜੇ ਸ਼ਾਰਟ ਮੈਸੇਜ ਬਟ ਆਮ ਵੈਰੀ ਸ਼ੋਰ ਇਟਸ ਰੀਲੀ ਪਾਵਰਫੁਲ ਮੈਸੇਜ ਕਿ ਇਹ ਤੁਹਾਡੇ ਜੀਵਨ ਦੇ ਵਿੱਚ ਜਰੂਰ ਲਾਭਦਾਇਕ ਹੋਣ ਵਾਲਾ ਆ ਜਾਂ ਕਮ ਆਉਣ ਵਾਲਾ ਆ ਪਲੀਜ਼ 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 ਆਪਣਾ ایمان ਪਰਮੇਸ਼ਵਰ ਦੇ ਉੱਤੇ ਰੱਖੋ ਤਦ ਦੀ ਵੀ ਆਪਣੇ ਆਪ ਨੂੰ ਇਕੱਲਿਆਂ ਨਾ ਸਮਝੋ ਉਹ ਕਦਮਾਂ ਦੇ ਨਿਸ਼ਾਨ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਆ ਉਹ ਤੁਹਾਡੇ ਨਹੀਂ ਪਰ ਉਹ ਪਰਮੇਸ਼ਵਰ ਦੇ ਆ ਹਾਲੇਲੂਇਆ ਪ੍ਰਭੂ ਦੀ ਵਡਿਆਈ ਹੋਏ ਆਉ ਪ੍ਰਾਰਥਨਾ ਕਰਾਂਗੇ ਸਰਵ ਸ਼ਕਤੀਮਾਨ ਪ੍ਰਭੂ ਸੀ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਖੁਦਾਬੰਦ ਖੁਦਾ ਜੀ ਪ੍ਰਭੂ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਦਾ ਦਿਨ ਸਾਨੂੰ ਦਿੱਤਾ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਅਦਭੁਤ ਪ੍ਰੇਮ ਦੇ ਲਈ ਮੇਰੇ ਪ੍ਰਭੂ ਜੋ ਗਿਣਿਆ ਨਹੀਂ ਜਾ ਸਕਦਾ ਮਿਣਿਆ ਨਹੀਂ ਜਾ ਸਕਦਾ ਨਾਪਿਆ ਨਹੀਂ ਜਾ ਸਕਦਾ ਜਿਹਦਾ ਲੇਖਾ ਨਹੀਂ ਕੀਤਾ ਜਾ ਸਕਦਾ ਪ੍ਰਭੂ ਇਹ ਪ੍ਰੇਮ ਜਿਹੜਾ ਬੇਗਰਜ ਹੈ ਉਹ ਪ੍ਰੇਮ ਜਿਹੜਾ ਪਵਿੱਤਰ ਹੈ ਜੋ ਉਹ ਪ੍ਰੇਮ ਜਿਹੜਾ ਨਿਰਸਵਾਰਥ ਹੈ ਪ੍ਰਭੂ ਉਹ ਸੱਚਾ ਪ੍ਰੇਮ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਪ੍ਰਭੂ ਅਸੀਂ ਉਸ ਪ੍ਰੇਮ ਦੀ ਕਦਰ ਕਰਦੇ ਹਾਂ ਅਰ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀਵਨ ਪਰ ਅਸੀਂ ਉਸ ਪ੍ਰੇਮ ਦੇ ਵਿੱਚ ਰੰਗੇ ਰਹੀਏ ਅਰ ਉਸ ਪ੍ਰੇਮ ਦੀ ਮਹਿਮਾ ਸਾਡੇ ਜੀਵਨ ਚ ਬਰਕਰਾਰ ਰਹੇ ਪ੍ਰਭੂ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਕਦੀ ਇਕੱਲਿਆਂ ਨਹੀਂ ਛੱਡਦੇ ਆਨਾਥ ਨਹੀਂ ਛੱਡਦੇ ਪਰ ਤੁਸੀਂ ਸਾਡੇ ਅੰਗ ਸੰਗ ਰਹਿੰਦੇ ਆ ਪ੍ਰਭੂ ਤੁਹਾਨੂੰ ਆਧਿਕਾਰਦੇ ਹਾਂ ਤੁਸੀਂ ਉਸ ਜਗ੍ਹਾ ਤੇ ਵੀ ਮੇਰੇ ਪ੍ਰਭੂ ਜਿੱਥੇ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਮੇਰੇ ਪ੍ਰਭੂ ਉੱਥੇ ਤੁਸੀਂ ਮੌਜੂਦ ਹੁੰਨੇ ਆ ਸਾਡੇ ਨਾਲ ਅਰ ਸਾਡੀਆਂ ਲੜਾਈਆਂ ਲੜਦੇ ਅਰ ਸਾਨੂੰ ਫਤਿਹ ਦਿੰਨੇ ਆ ਪ੍ਰਭੂ ਮੈਂ ਤੁਹਾਨੂੰ ਧੰਨਵਾਦ ਕਰਦੀ ਆ ਬles ਕਰੋ ਮੇਰੇ ਪ੍ਰਭੂ ਸਾਡਾ ਅੱਜ ਦਾ ਦਿਨ ਮੁਬਾਰਕ ਹੋਏ ਮੇਰੇ ਪ੍ਰਭੂ ਜੀ ਅਰ ਸਾਡੇ ਅੱਜ ਦੇ ਦਿਨ ਦੇ ਵਿੱਚ ਮੇਰੇ ਪ੍ਰਭੂ ਤੁਹਾਡੀ ਹੀ ਇੱਛਾ ਪੂਰੀ ਹੋਏ ਮੇਰੇ ਪ੍ਰਭੂ ਉਦਾਂ ਹੀ ਹੋਵੇ ਜਿੱਦਾਂ ਤੁਸੀਂ ਚਾਹੁੰਦੇ ਆ ਅਰ ਅਸੀਂ ਜਿੱਥੇ ਵੀ ਜਾਈਏ ਮੇਰੇ ਪ੍ਰਭੂ ਜੀ ਤੁਹਾਡਾ ਸੁਪਰਨੈਚੁਰਲ ਫੇਵਰ ਸਾਡੇ ਨਾਲ ਹੋਏ ਮੇਰੇ ਪ੍ਰਭੂ ਤੁਹਾਡਾ ਕਿਰਪਾ ਵਾਲਾ ਹੱਥ ਮੇਰੇ ਪ੍ਰਭੂ ਜੀ ਉਹ ਲੋਕ ਜਿਹੜੇ ਸਾਡੇ ਵੱਲ ਨੂੰ ਦੇਖਣ ਉਹਨਾਂ ਨੂੰ ਨਜ਼ਰ ਆਵੇ ਮੇਰੇ ਪ੍ਰਭੂ ਜੀ ਸਾਡੇ ਸਿਰਾਂ ਦੇ ਉੱਤੇ ਤੁਹਾਡਾ ਕਿਰਪਾ ਵਾਲਾ ਹੱਥ ਬਣਿਆ ਰਹੇ ਸਾਡਾ ਪਿਆਲਾ ਭਰਿਆ ਰਹੇ ਮੇਰੇ ਪ੍ਰਭੂ ਪਾਪ ਤੇ ਗੁਨਾਹ ਤੋਂ ਬਚਾ ਕੇ ਰੱਖਣਾ ਮੇਰੇ ਪ੍ਰਭੂ ਜੀ ਵਫਾਦਾਰੀ ਇਮਾਨਦਾਰੀ ਸਮਝਦਾਰੀ ਆਗਿਆਕਾਰੀ ਪਵਿੱਤਰਤਾਈ ਵਾਲਾ ਸਾਨੂੰ ਜੀਵਨ ਬਖਸ਼ੋ ਮੇਰੇ ਪ੍ਰਭੂ ਸਾਡੇ ਹਰ ਅਪਰਾਧ ਨੂੰ ਮਿਟਾ ਦਿਓ ਮੇਰੇ ਪ੍ਰਭੂ ਔਰ ਸਾਨੂੰ ਹਰ ਅਪਰਾਧ ਤੋਂ ਆਜ਼ਾਦ ਕਰ ਦਿਓ ਬੁਰੀਆਂ ਲਾਂਤਾਂ ਸਾਡੇ ਉੱਤੇ ਜਾਂਦੀਆਂ ਰਹਿਣ ਹਰ ਸਰਾਪ ਸਾਡੇ ਉੱਤੇ ਟੁੱਟ ਜਾਏ ਹਰ ਬਿਮਾਰੀ ਸਾਨੂੰ ਛੱਡ ਕੇ ਜਾਏ ਮੇਰੇ ਪਿਤਾ ਪਰਮੇਸ਼ਰ ਹਰ ਬੰਧਨ ਜਿਹੜਾ ਵੈਰੀ ਨੇ ਲਾਇਆ ਜ ਟੁੱਟ ਜਾਏ ਪ੍ਰਭ ਯਿਸੂ ਮਸੀਹ ਜੀ ਦੇ ਨਾਮ 'ਚ ਔਰ ਮੇਰੇ ਖੁਦਾਵੰਦ ਖੁਦਾ ਜੀ ਅਸੀਂ ਤੁਹਾਡੇ ਸੱਚੇ ਤਾਲਿਬ ਸੱਚੇ ਗਵਾਹ ਬਣ ਕੇ ਮੇਰੇ ਪ੍ਰਭੂ ਜੀ ਸਗੋਂ ਮੇਰੇ ਪ੍ਰਭੂ ਸੀ ਜੋਧਦੇ ਤੇ ਸੂਰਮੇ ਬਣ ਕੇ ਮੇਰੇ ਪ੍ਰਭੂ ਜੀ ਇਸ ਯੁੱਧ ਦੇ ਮੈਦਾਨ ਵਿੱਚ ਜਿਹੜਾ ਆਤਮਿਕ ਯੁੱਧ ਦਾ ਮੈਦਾਨ ਉਹਦੇ ਵਿੱਚ ਜਦੋਂ ਉੱਤਰੀਏ ਤੇ ਪ੍ਰਭੂ ਉਹ ਸ਼ਸਤਰ ਵਸਤਰ ਆਤਮਿਕ ਜਿਹੜੇ ਤੁਸੀਂ ਸਾਡੇ ਲਈ ਠਹਿਰਾਏ ਆ ਜਦੋਂ ਅਸੀਂ ਉਹਨਾਂ ਨੂੰ ਪਾਈਏ ਤਾ ਪ੍ਰਭੂ ਅਸੀਂ ਤੁਹਾਡੇ ਨਾਮ ਦੇ ਝੰਡੇ ਗੱਡ ਦਈਏ ਮੇਰੇ ਪ੍ਰਭੂ ਸਾਨੂੰ ਹਰ ਮੈਦਾਨ ਦੇ ਵਿੱਚ ਫਤਿਹ ਬਖਸ਼ੀ ਮੇਰੇ ਪਿਤਾ ਪਰਮੇਸ਼ਵਰ ਜੀ ਔਰ ਮੇਰੇ ਪ੍ਰਭੂ ਤੁਹਾਡਾ ਕਿਰਪਾ ਵਾਲਾ ਹੱਥ ਸਾਨੂੰ ਸੰਭਾਲੇ ਤੁਹਾਡੇ ਦੂਤ ਮੇਰੇ ਪ੍ਰਭੂ ਸਾਡੇ ਘਰਾਂ ਦੀ ਨਿਗੇਬਾਨੀ ਕਰਨ ਸਾਡੇ ਰਾਹਾਂ ਵਿੱਚ ਸਾਡੇ ਨਿਗੇਬਾਨ ਹੋਣ ਸਾਡੇ ਧੀਆ ਪੁੱਤਰਾਂ ਦੇ ਦੁਆਲੇ ਡੇਰਾ ਲਾਉਣ ਹਰ ਬੁਰੀ ਬੁਲਾਹ ਤੋਂ ਲੜਾਈਆਂ ਝਗੜਿਆਂ ਤੋਂ ਬਦੀ ਤੋਂ ਬਦੀ ਰੱਖਣ ਵਾਲੇ ਮਨੁੱਖਾਂ ਤੋਂ ਔਰ ਹਰੇਕ ਤਰ੍ਹਾਂ ਦੇ ਸੱਟਪੇੜ ਤੋਂ ਹਰੇਕ ਤਰ੍ਹਾਂ ਦੀ ਘਨੌਣੀ ਸ਼ਕਤੀ ਤੋਂ ਪ੍ਰਭੂ ਬਚਾ ਕੇ ਰੱਖਣ ਮੇਰੇ ਪ੍ਰਭੂ ਜੀ ਪ੍ਰਭੂ ਤੁਹਾਡੇ ਰੂਹ ਦੀ ਅੱਗ ਸਾਡੇ ਘਰ ਦੇ ਉੱਤੇ ਆਏ ਸਾਡੇ ਜੀਵਨ ਦੇ ਉੱਤੇ ਆਏ ਸਾਡੇ ਬਾਲ ਬੱਚਿਆਂ ਦੇ ਉੱਤੇ ਆਏ ਸਾਡੇ ਕਾਰੋਬਾਰ ਦੇ ਉੱਤੇ ਆਏ ਸਾਡੇ ਮਾਲ ਡੰਗਰ ਦੇ ਉੱਤੇ ਆਏ ਸਾਡੇ ਖੇਤਾਂ ਦੇ ਉੱਤੇ ਆਏ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੇਰੇ ਪ੍ਰਭੂ ਹਰ ਬੁਰੀ ਚੀਜ਼ ਨੂੰ ਅਜ ਰੂਹ ਦੀ ਅੱਗ ਜਲਾ ਕੇ ਪਸੰਮ ਕਰ ਦੇ ਔਰ ਸਾਨੂੰ ਖਾਲਸ ਸੋਨੇ ਤੇ ਚਾਂਦੀ ਦੀਆਂ ਹੀ ਸ਼ੁੱਧ ਕਰ ਲੋ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਬles ਕਰੋ ਸਾਡੇ ਜੀਵਨ ਨੂੰ ਬਲੈਸ ਕਰੋ ਮੇਰੇ ਪ੍ਰਭੂ ਜੀ ਸਾਡੇ ਭੋਜਨ ਤੇ ਪਾਣੀ ਨੂੰ ਮੇਰੇ ਪ੍ਰਭੂ ਬਲੈਸ ਕਰੋ ਸਾਡੇ ਧੀਆਂ ਪੁੱਤਰਾਂ ਨੂੰ ਬਲੈਸ ਕਰੋ ਸਾਡੇ ਕਾਰੋਬਾਰ ਨੂੰ ਮੇਰੇ ਪ੍ਰਭੂ ਬਲੈਸ ਕਰੋ ਸਾਡੇ ਖੇਤਾਂ ਨੂੰ ਬਲੈਸ ਕਰੋ ਸਾਡੇ ਮਾਲ ਡੰਗਰ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਅਰ ਪ੍ਰਭੂ ਵੱਡੀਆਂ ਵੱਡੀਆਂ ਗਵਾਹੀਆਂ ਨੂੰ ਜਨਮ ਦਿਓ ਮੇਰੇ ਪਿਤਾ ਪਰਮੇਸ਼ਰ ਅਰ ਪ੍ਰਭੂ ਅਸੀਂ ਆਪਣੇ ਆਖਰੀ ਸਾਹ ਤੱਕ ਤੁਹਾਡੇ ਵਿੱਚ ਬਣੇ ਰਹੀਏ ਵਫਾਦਾਰੀ ਦੇ ਨਾਲ ਚੱਲੀਏ ਹਰ ਪ੍ਰਕਾਰ ਦਾ ਹੰਕਾਰ ਤੇ ਬੇਸਮਝੀ ਸਾਡੇ ਤੋਂ ਦੂਰ ਰਵੇ ਮੇਰੇ ਪ੍ਰਭੂ ਨਰਮਾਈ ਨਾਲ ਸਾਡਾ ਸੁਧਾਰ ਕਰਿਓ ਜੀਵਨ ਦੀ ਪੋਥੀ ਵਿੱਚ ਸਾਡੇ ਨਾਮ ਲਿਖੇ ਜਾਣ ਮੇਰੇ ਪ੍ਰਭੂ ਜੀ ਅਰ ਅੱਜ ਦਾ ਦਿਨ ਸਾਡੇ ਜੀਵਨ ਦੇ ਵਿੱਚ ਮੇਰੇ ਪ੍ਰਭੂ ਇੱਕ ਨਵੀਂ ਗਵਾਹੀ ਨੂੰ ਜਨਮ ਦੇ ਅਰ ਮੇਰੇ ਪ੍ਰਭੂ ਅੱਜ ਪੂਰਾ ਦਿਨ ਅਸੀਂ 파ਕਰੂ ਦੀ ਅਗਵਾਈ ਦੇ ਨਾਲ ਚੱਲਦੇ ਆ ਹੋਏ ਹਾਂ ਮੇਰੇ ਪ੍ਰਭੂ ਤੁਹਾਡੇ ਨਾਲ ਇੱਕ ਕਨੈਕਸ਼ਨ ਦੇ ਵਿੱਚ ਬਣੇ ਰਹੀਏ ਪ੍ਰਭੂ ਸਾਨੂੰ ਵਚਨ ਸੁਣਨਾ ਸਮਝਣਾ ਤੇ ਵਚਨ ਦੇ ਉੱਤੇ ਚੱਲਣਾ ਸਿਖਾਓ ਮੇਰੇ ਪ੍ਰਭੂ ਜੀ ਅਰ ਸਾਡੀ ਅਗਵਾਈ ਆਪਣੇ ਆਤਮਾ ਦੇ ਵਸੀਲੇ ਨਾਲ ਕਰੋ ਸਾਡੀ ਬੇਨਤੀ ਨੂੰ ਸੁਣੋ ਇਹ ਸਾਰੀ ਪ੍ਰਾਰਥਨਾ ਸਰਵ ਸ਼ਕਤੀਮਾਨ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚੋਂ ਸਾਡੇ ਮੁਕਤੀਦਾਤਾ ਪਿਆਰੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਾਰੇ ਮਿਲ ਕੇ ਮੰਗਦੇ ਹਾਂ ਆਮੀਨ ਆਮੀਨ ਗੋਡ ਬlesਸ ਯੂ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ ਪ੍ਰਭੂ ਦਾ ਅਨੁਗ੍ਰਹਿ ਤੁਹਾਡੇ ਜੀਵਨ ਦੇ ਵਿੱਚ ਹੁਣ ਤੋਂ ਹਮੇਸ਼ਾ ਟਿਕਰ ਬਣਿਆ ਰਹੇ ਗੋਡ ਬlesਸ ਯੂ